बिस्मिल्लाह रहमान रहीम। मेरा नाम नदीम अब्बास और आप देख रहे हैं रिक्शा हॉस्पिटल यूट्यूब चैनल। आज की हमारी वीडियो का टॉपिक ये है कि जो गाड़ी गैस पे चलती है उसके लिए हर वीडियो में आपको बताया जाता है कि ब्लैड जो है अच्छी किस्म का ओरिजिनल कंपनी का तेल बदलें। छोटी सी वीडियो हमारी कि हमारे पास एक गाड़ी आई है ऑटो रिक्शा, ठीक है, 200 सीसी ऑटो रिक्शा जो हमारे पास आया सवारी पे चल रहा है। वो एक माह और 10 दिन हो गया, तकरीबन 10-15 दिन हो गया उसने तेल जो है ना तब्दील किया हुआ था। तो आज हमारे पास आई है गाड़ी, ये बताएंगे कि ये कौन सा तेल तब्दील कर रहे हैं और गैस पे गाड़ी जा रही है, तो देखते हैं वो एवरेज क्या दे रहा है ब्लैक जो है। तो गाड़ी के पास चलते हैं। नहीं जी, ये गाड़ी है तेज़ रफ्तार ऑटो रिक्शा। ये नंबर भी गाड़ी का देख लें, कहीं आपको मिले तो आपको आप इनसे पूछ भी सकते। ये काम वगैरह भी हमसे ही करवा रहे हैं। लो जी, है साढ़े आई साहब ने, ठीक है, तो ऑटो रिक्शा चलाते ने। थोड़ा अगे भी पाया कि हाँ ऑटो रिक्शा इन्हों का, ठीक है। गैस से गड्डी चलती भी है तो सफ़र भी है, तुम्हें दस देने कि सफ़र करते हैं, किन्नी कोई गड्डी चलाते हैं, तो तेल पहलू कि तब्दील करते हैं, तो हूँ कि तेल जाना तब्दील कर रहे हैं। तो असी तेल की वो भी एवरेज पूछ लें इन्होंने को, इस तेल की भी एवरेज पूछ लें कि निकलती है। आई साहब तुम पहलू तेल कि चेंज कर रहे हो? मैं पहला भाई जी तेल चेंज करता हाँ जी M5 जो तेल चेंज करीदा ही तो किसी टाइम अद्धा लीटर भी नहीं निकलता। ਕਿੰਨੀ ਦੇਰ ਬਾਅਦ ਤੁਸੀਂ ਚੇਂਜ ਕਰਦੇ ਹੋ? ਮੈਂ ਉਹ 15 ਦਿਨਾਂ ਬਾਅਦ ਚੇਂਜ ਕਰਦਾ। 15 ਦਿਨ ਬਾਅਦ ਚੇਂਜ ਕਰਦੇ ਹੋ, ਸਫਰ ਤੁਸੀਂ ਕਿੰਨਾ ਕਰਦੇ ਹੋ ਇਸ ਦਿਨ? ਚਲਾਈ ਮੇਰੀ ਅਲਹਮਦੁਲਿਲਾ, ਸਾਰੇ ਡਰਾਈਵਰ ਮੈਨੂੰ ਜਾਣਦੇ ਨੇ, ਜਿੰਨੇ ਆਟੋ ਵਾਲੇ ਹੈ ਨੇ, ਮੈਂ ਆਪਣਾ ਚਲਾਈ ਇਹਨਾਂ ਨਾਲ, ਸਾਰਿਆਂ ਨੇ ਮੇਰੀ ਜਾਇਦਾ ਜ਼ਿਆਦਾ ਚਲਾਈ ਹੈ ਜੀ। ਤੇ ਉਹ ਤੁਸੀਂ 15 ਦਿਨ ਬਾਅਦ ਤੁਸੀਂ ਚੇਂਜ ਕਰਦੇ ਹੋ? ਹਾਂ, ਕਿ ਜਦੋਂ ਗੱਡੀ ਨਵੀਂ ਸੀ ਕਦੇ ਪੂਰਾ ਨਿਕਲਦਾ ਹੀ ਨਹੀਂ ਤੇ ਤੇਲ ਅੱਧਾ ਹੀ ਨਿਕਲਦਾ ਸੀ, ਅੱਧਾ ਲੀਟਰ ਨਿਕਲਦਾ ਸੀ। ਠੀਕ ਹੈ, ਤੇ ਗੱਡੀ ਤੁਹਾਡੀ ਪੈਟਰੋਲ ਦੇ ਵੇ ਗੈਸ ਦੇ ਵੇ? ਗੈਸ ਦੇ, ਗੱਡੀ ਗੈਸ ਤੇ ਚਲਦੀ ਹੈ। ਠੀਕ ਹੋ ਗਿਆ, ਤੇ ਤੁਹਾਡੀ ਗੈਸ ਦੀ ਐਵਰੇਜ ਕੀ ਨਿਕਲ ਰਹੀ ਹੈ? ਗੈਸ ਦੀ ਐਵਰੇਜ ਮੇਰੀ ਤਕਰੀਬਨ 32-34 ਕਿਲੋਮੀਟਰ ਜਿਹੜੀ ਮੇਰੀ ਗੱਡੀ ਕਰਦੀ ਹੈ। 32-34 ਕਿਲੋਮੀਟਰ ਕਰ ਰਹੀ ਹੈ? 32-34 ਕਿਲੋਮੀਟਰ ਜਿਹੜੇ ਕਰ ਰਹੀ ਹੈ। ਰਸਤਿਆਂ ਦੀ ਵਜ੍ਹਾ ਤੋਂ ਰਸਤੇ ਵੀ ਖਰਾਬ? ਹਾਂ, ਰਸਤੇ ਵਿੱਚ ਕੋਈ ਥੋੜੇ ਰਸਤੇ ਵਿੱਚ ਸਾਰੇ ਪਾਕਿਸਤਾਨ ਦੇ ਰੋਡ ਜਿਹੜੇ ਨੇ ਕਰ ਲਾ ਤੇ ਮੇਰੇ ਪੰਨ ਸਾਰੇ ਨੇ ਪਤਾ ਕੀ ਨਹੀਂ ਦੇ। ਹਾਂਜੀ, ਤੇ ਇੰਜਨ ਦੀ ਕੀ ਕੰਡੀਸ਼ਨ ਰਹਿੰਦੀ ਸੀ ਜਦੋਂ ਤੁਸੀਂ M5 ਤੇਲ ਬਦਲਦੇ ਹੋ? ਇੰਜਨ ਤੇ ਅਲਹਮਦੁਲਿਲਾ ਠੀਕ ਹੈ, ਲੇਕਿਨ ਗੱਡੀ ਦਾ ਟੋਰਾ ਵੱਧ ਗਿਆ, ਹੁਣ ਮੈਂ ਤੇਲ ਜਿਹੜਾ ਨਾ ਇਹ ਜਿਹੜਾ ਨਾ ਬਿਗਰ ਮੈਕਸ ਤੇਲ, ਠੀਕ ਹੈ ਜੀ, ਇਹ ਤੇਲ ਮੈਂ ਬਦਲ ਰਿਹਾ ਵਾਂ। ਗੱਡੀ ਦੇ ਰਿੰਗ ਵਾਲ ਹੋਇਆ ਨੂੰ ਇਹਨਾਂ ਸਾਧਨ ਨਹੀਂ ਕੀਤੇ ਨੇ, ਇਹ ਗੱਡੀ ਦੇ ਰਿੰਗ ਵਾਲ ਹਨ, 6 ਮਹੀਨੇ ਹੋ ਗਏ ਨੇ, 6ਵਾਂ ਤੇਲ ਇਹ ਮੈਂ ਚੇਂਜ ਕਰਨਾ। ਠੀਕ ਹੈ, ਹਰ ਮਹੀਨੇ ਬਾਅਦ ਮੈਂ ਤੇਲ ਚੇਂਜ ਕਰਨਾ ਵਾਂ। ਆ ਹੁਣ ਮੈਂ ਗੱਡੀ ਦਾ ਤੇਲ ਲੱਗਿਆ, ਮੁੰਡੇ ਨੇ ਕੱਢਿਆ ਤੇ ਪੂਰਾ ਲੀਟਰ ਨਿਕਲਿਆ। ਠੀਕ, 1 ਮਹੀਨਾ 7 ਦਿਨ ਬਾਅਦ ਮੈਂ ਤੇਲ ਚੇਂਜ ਕੀਤਾ। ਠੀਕ ਹੈ, ਤੇ ਤੁਹਾਡੀ ਇਸ ਤੇਲ ਦੇ ਨਾਲ ਤੁਹਾਡੀ ਗੱਡੀ ਦੀ ਚਲਾਈ ਦੀ ਕੀ ਕੰਡੀਸ਼ਨ ਹੈ ਹੁਣ? ਅਲਹਮਦੁਲਿਲਾ, ਕਿ ਬੜੇ ਬਿਹਤਰੀਨ ਸਪੀਡ ਵੀ ਗੱਡੀ ਦੀ ਅੱਛੀ ਹੈ ਔਰ ਸਾਊਂਡ ਵੀ ਇੰਜਨ ਦਾ ਬਿਹਤਰੀਨ ਹੈ। ਠੀਕ ਹੈ, ਜ਼ਬਰਦਸਤ ਚਲਾਈ ਹੈ। ਤੇ ਤੁਸੀਂ ਇਹ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹਨਾਂ ਨੂੰ ਰਿਕਸ਼ੇ ਵਾਲਿਆਂ ਨੂੰ, ਕਿ ਜਿਹੜੇ ਰਿਕਸ਼ੇ ਚਲਾ ਰਹੇ ਨੇ, ਜਿਹੜੇ ਗੈਸ ਤੇ ਰਿਕਸ਼ੇ ਚਲਾ ਰਹੇ ਨੇ? ਕਿਉਂਕਿ ਪੈਟਰੋਲ ਤੇ ਜਿਹੜਾ ਉਹ ਥੋੜਾ ਨਾਰਮਲ ਤੇਲ ਵੀ ਹੋਵੇ ਤੇ ਉਹ ਚੱਲ ਜਾਂਦਾ ਦਾ ਮਸਲਾ ਨਹੀਂ ਹੁੰਦਾ। ਹਾਂਜੀ, ਤੇ ਤੁਸੀਂ ਇਹਨਾਂ ਨੂੰ ਕੀ ਕੋਈ ਮਸ਼ਵਰਾ ਦਿਓਗੇ, ਕੀ ਕੋਈ ਮੈਸੇਜ ਦਿਓਗੇ ਇਹਨਾਂ ਨੂੰ ਕਿ ਕਿਹੜਾ ਤੁਸੀਂ ਤੇਲ ਜਿਹੜਾ ਨੂੰ ਤੁਸੀਂ ਚੇਂਜ ਕਰੋ ਤੇ ਜਿਹਦੇ ਨਾਲ ਗੱਡੀ ਦਾ ਇੰਜਨ ਵੀ ਜਿਹੜਾ ਸਹੀ ਰਵੇ ਤੇ ਗੱਡੀ ਤੇਲ ਘਟਾਏ ਵੀ ਨਾ? ਮੈਂ ਭਾਈ ਜਾਨ, ਇਹ ਜਿਹੜਾ ਤੇਲ ਹੈ ਨਾ, ਹਾਂਜੀ, ਇਹ ਵਿਗਰ ਮੈਕਸ ਤੇਲ ਜੀ, ਕੋਰੀਆ ਦੀ ਕੰਪਨੀ ਹੈ। ਠੀਕ ਹੈ, ਠੀਕ ਹੈ, ਇਹ ਤੇਲ ਜਿਹੜਾ ਨਾ ਮੈਂ ਸਾਰਿਆਂ ਭਰਾਵਾਂ ਨੂੰ ਕਹਾਂਗਾ ਕਿ ਇਹ ਤੇਲ ਜਿਹੜਾ ਬਿਹਤਰੀਨ ਤੇਲ ਹੈ। ਠੀਕ ਹੈ, ਠੀਕ ਹੈ, ਔਰ ਮਹੀਨੇ ਦੇ ਵਿੱਚ ਤੁਸੀਂ 10-10 ਦਿਨ ਵੀ ਬਦਲਦੇ ਹੋ, 3 ਡੱਬੇ ਤੁਹਾਡੇ ਬਣਦੇ ਨੇ। ਹਾਂਜੀ, ਠੀਕ ਹੈ, 3 ਡੱਬੇ M5 ਦਾ ਪਤਾ ਨਹੀਂ ਹੁਣ ਕਿੰਨੇ ਦੇ ਨੇ, 800 ਦਾ, 1000 ਦਾ, ਕਿੰਨੇ ਦਾ, ਇਹ ਨਹੀਂ ਮੈਨੂੰ ਪਤਾ ਕੋਈ ਵੀ, ਲੇਕਿਨ ਇਹ ਜਿਹੜਾ ਤੇਲ ਹੈ ਬਿਹਤਰੀਨ ਤੇਲ ਹੈ। ਔਰ ਹਾਂਜੀ, ਤੁਸੀਂ ਹੁਣ ਕੀ ਮੈਸੇਜ ਦਿਓਗੇ ਇਹਨਾਂ ਨੂੰ ਕਿ ਤੇਲ ਕਿਹੜਾ ਚੇਂਜ ਕਰਨ? ਮੈਂ ਜਿੰਨੇ ਰੱਖੇ ਵਾਲੇ ਭਰਾ ਨੇ ਮੈਂ ਸਾਰਿਆਂ ਨੂੰ ਕਹਾਂਗਾ ਕਿ ਵਿਗਰ ਮੈਕਸ ਤੇਲ ਪਾਓ ਤੇ ਗੱਡੀ 1 ਮਹੀਨਾ ਤੁੰਨ ਕੇ ਚਲਾਓ। ਜੇ ਕਿਸੇ ਦਾ ਰਿੰਗ ਵਾਲ ਜਾਂ ਇੰਜਨ ਨੁਕਸਾਨ ਹੋਵੇ ਤੇ ਵੀਡੀਓ ਮੇਰੀ ਵੀ ਬਣ ਰਹੀ ਹੈ, ਮੈਂ ਵੀ ਇਹ ਗੱਲ ਦਾ ਮਸੂਲ ਹਾਂ। ਠੀਕ ਹੈ, ਠੀਕ ਹੈ, ਗੱਡੀ ਮਾਸ਼ਾਅੱਲਾ ਸਹੀ ਚੱਲੇਗੀ ਔਰ M5 ਵੀ ਪਾ ਕੇ ਵੇਖ ਲਓ ਜਾਂ ਹੋਰ ਕੋਈ ਲੋਕਲ ਕੰਪਨੀ ਦਾ ਤੇਲ ਪਾ ਕੇ ਵੇਖ ਲਓ। ਵਿਗਰ ਮੈਕਸ ਤੇਲ ਜਿਹੜਾ ਨਾ, ਅੱਲਾ ਦੀ ਮਿਹਰਬਾਨੀ, ਗੱਡੀ ਨਾਲ ਗੱਡੀ ਲਾ ਕੇ ਵੇਖ ਲਓ ਤੇ ਗੱਡੀ ਇਨਸ਼ਾਅੱਲਾ ਕਿ ਨਿਕਲੇਗੀ ਗੱਡੀ ਉਹਦੇ। ਠੀਕ ਹੋ ਗਿਆ, ਕਿਉਂਕਿ ਤੇਲ ਜਿਹੜਾ ਇੰਜਨ ਦੀ ਜਾਨ ਹੈ, ਇੰਜਨ ਦਾ ਖੂਨ ਹੈ, ਖੂਨ ਹੈ ਇੰਜਨ ਦਾ।
ਤੇ ਇਹ ਅੱਲਾ ਦੀ ਮਿਹਰਬਾਨੀ ਨਾਲ ਅੰਦਰ ਕੁਛ ਹੋਵੇ ਭਾਵੇਂ ਇਨਸਾਨ ਹੈ ਤੇ ਭਾਵੇਂ ਮਸ਼ੀਨਰੀ ਇਹ ਬੋਲ ਪੈਂਦੇ। ਹਾਂਜੀ ਹਾਂਜੀ ਅਸਲਾਮ ਅਲੈਕੁਮ ਜੀ ਵਾਲੇ।